ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬ ਦੇ ਥਰਮਲ ਪਾਵਰ ਪਲਾਂਟ ਅਤੇ ਹਾਈਡਲ ਪਾਵਰ ਪ੍ਰੋਜੈਕਟ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ। ਹਾਂਜੀ, ਜਿੰਨੇ ਵੀ ਪੰਜਾਬ ਦੇ ਵਿੱਚ ਥਰਮਲ ਪਾਵਰ ਪਲਾਂਟ ਆ ਅਤੇ ਹਾਈਡਲ ਪਾਵਰ ਪ੍ਰੋਜੈਕਟ ਆ, ਇਹਨਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਇੰਪੋਰਟੈਂਟ MCQ ਬਣ ਸਕਦੇ ਆ ਗੌਰਮੈਂਟ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ, ਉਹ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਣਾ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਥਰਮਲ ਪਾਵਰ ਪਲਾਂਟ ਦੀ। ਥਰਮਲ ਪਾਵਰ ਪਲਾਂਟ ਆ ਜਿਹੜੇ, ਇਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਭਾਰਤ ਵਿੱਚ ਪੰਜਾਬ ਦੀ ਬਿਜਲੀ ਪੈਦਾ ਕਰਨ ਅਤੇ ਵੰਡਣ ਵਾਲੀ ਕੰਪਨੀ ਆ। ਇਹ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਵਜੋਂ ਜਾਣਿਆ ਜਾਂਦਾ ਸੀ, ਜਿਸ ਨੂੰ ਪੰਜਾਬ ਸਰਕਾਰ ਦੁਆਰਾ 16 ਅਪ੍ਰੈਲ 2010 ਨੂੰ ਦੋ ਕੰਪਨੀਆਂ ਵਿੱਚ ਵੰਡਿਆ ਗਿਆ ਸੀ। ਉਹ ਦੋ ਕੰਪਨੀਆਂ ਦੇ ਨਾਮ ਆ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ। ਅਤੇ ਹੁਣ ਅਸੀਂ ਸ਼ੁਰੂ ਕਰਦੇ ਹਾਂ MCQ। ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਕਿਹੜੇ ਜ਼ਿਲ੍ਹੇ ਵਿੱਚ ਹੈ? ਹਾਂਜੀ, ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਇਹ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ? ਮਾਨਸਾ 'ਚ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਰਾਜਪੁਰਾ ਥਰਮਲ ਪਾਵਰ ਪਲਾਂਟ ਕਿੱਥੇ ਸਥਿਤ ਹੈ? ਹਾਂਜੀ, ਰਾਜਪੁਰਾ ਪਾਵਰ ਥਰਮਲ ਪਾਵਰ ਪਲਾਂਟ ਆ ਜਿਹੜਾ, ਇਹ ਰਾਜਪੁਰਾ ਬਾਰੇ ਤੁਸੀਂ ਸੁਣਿਆ ਹੋਣਾ। ਰਾਜਪੁਰਾ ਕਿਹੜੇ ਜ਼ਿਲ੍ਹੇ 'ਚ ਪੈਂਦਾ? ਪਟਿਆਲਾ ਦੇ ਵਿੱਚ ਪੈਂਦਾ ਵਾ, ਠੀਕ ਹੈ। ਅਤੇ ਤੁਸੀਂ ਸੁਣਿਆ ਹੋਣਾ ਕਿ ਰਾਜਪੁਰਾ ਵਾ ਜਿਹੜਾ, ਇਹ ਪੰਜਾਬ ਦਾ ਐਂਟਰੀ ਗੇਟ ਆ, ਇਸ ਕਰਕੇ ਇਸ ਨੂੰ ਗੇਟਵੇ ਆਫ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ। ਅਤੇ ਇਸ ਤੋਂ ਇਲਾਵਾ ਰਾਜਪੁਰੇ ਦੇ ਵਿੱਚ ਮੁਗਲ ਸਰਾਏ ਵੀ ਆ। ਤੁਹਾਨੂੰ ਆ ਸਕਦਾ ਕਿ ਮੁਗਲ ਸਰਾਏ ਕਿੱਥੇ ਆ, ਤਾਂ ਇਹ ਵੀ ਪੰਜਾਬ ਦੇ ਵਿੱਚ ਹੀ ਆ ਅਤੇ ਇਹ ਰਾਜਪੁਰਾ ਦੇ ਵਿੱਚ ਪੈਂਦੀ ਹੈ, ਠੀਕ ਹੈ। ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ। ਹਾਂਜੀ, ਨੈਕਸਟ ਕੁਐਸਚਨ, ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਕਿੱਥੇ ਸਥਿਤ ਹੈ? ਗੁਰੂ ਨਾਨਕ ਦੇਵ ਪਾਵਰ ਥਰਮਲ ਪਲਾਂਟ ਵੈਰੀ ਵੈਰੀ ਇੰਪੋਰਟੈਂਟ। ਹਾਂਜੀ, ਗੁਰੂ ਨਾਨਕ ਦੇਵ ਥਰਮਲ ਪਲਾਂਟ ਹੈ ਜਿਹੜਾ, ਇਹ ਸਥਿਤ ਆ ਜੀ ਬਠਿੰਡੇ ਦੇ ਵਿੱਚ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਬਠਿੰਡੇ ਦੀ ਗੱਲ ਹੋ ਰਹੀ ਆ ਤਾਂ ਤੁਸੀਂ ਯਾਦ ਰੱਖਣਾ ਬਠਿੰਡੇ ਦਾ ਪੁਰਾਣਾ ਨਾਮ ਬਿਕਰਮਗੜ੍ਹ ਆ, ਠੀਕ ਹੈ। ਅਤੇ ਬਠਿੰਡੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ ਨਾ ਕਿਲ੍ਹਾ ਮੁਬਾਰਕ ਬਠਿੰਡਾ ਵਾ, ਜਿੱਥੇ ਰਜ਼ੀਆ ਸੁਲਤਾਨ ਨੂੰ ਕੈਦ ਕਰਕੇ ਰੱਖਿਆ ਗਿਆ ਸੀਗਾ, ਇਸ ਕਰਕੇ ਇਹ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਬਣਦਾ ਵਾ, ਠੀਕ ਹੈ ਜੀ। ਅਤੇ ਬਠਿੰਡੇ ਦੀ ਗੱਲ ਹੋ ਰਹੀ ਹੈ ਤਾਂ ਬਠਿੰਡੇ ਦੇ ਵਿੱਚ ਸਭ ਤੋਂ ਵੱਡਾ ਰੇਲ ਜੰਕਸ਼ਨ ਆ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਸ ਤੋਂ ਇਲਾਵਾ ਬਠਿੰਡੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਜਿਹੜੀ ਕੰਪਨੀ ਆ, ਇਸ ਤਿੱਤਾ ਲਿਮਿਟਿਡ ਜਿਹਨੂੰ ਬੋਲ ਦਿੰਦੇ ਹਾਂ, ਠੀਕ ਹੈ, ਮਿੱਤਲ ਐਨਰਜੀ ਲਿਮਿਟਿਡ, ਅਤੇ ਇਹਨੂੰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਜੋਂ ਵੀ ਜਾਣਿਆ ਜਾਂਦਾ ਵਾ। ਸੋ ਇਹ ਵੀ ਬਠਿੰਡੇ ਦੇ ਵਿੱਚ ਆ। ਅਤੇ ਇਸ ਤੋਂ ਇਲਾਵਾ ਨੈਸ਼ਨਲ ਫਰਟੀਲਾਈਜ਼ਰ ਲਿਮਿਟਿਡ, ਇਹ ਵੀ ਬਠਿੰਡੇ ਦੇ ਵਿੱਚ ਵੀ ਆ ਅਤੇ ਨਗਲ ਦੇ ਵਿੱਚ ਵੀ ਆ। ਆਪਸ਼ਨ 'ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕਿਸ ਤਰ੍ਹਾਂ ਕੋਈ ਪੁੱਛਦਾ ਵਾ। ਨੈਕਸਟ ਹੈ, ਗੁਰੂ ਨਾਨਕ ਦੇਵ ਥਰਮਲ ਪਲਾਂਟ ਕਦੋਂ ਬਣ ਕੇ ਤਿਆਰ ਹੋਇਆ? ਹਾਂਜੀ, ਵੈਰੀ ਇੰਪੋਰਟੈਂਟ, ਜਿਹੜਾ ਇਹ ਬਣ ਕੇ ਤਿਆਰ ਹੋਇਆ, ਕਦੋਂ ਬਣ ਕੇ ਤਿਆਰ ਹੋਇਆ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਹੈ। ਤਾਂ ਇਹ ਬਣ ਕੇ ਤਿਆਰ ਹੋਇਆ ਜੀ 1982 ਈਸਵੀ ਦੇ ਵਿੱਚ। ਆਪਸ਼ਨ ਨੰਬਰ ED ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਕਿੱਥੇ ਸਥਿਤ ਹੈ? ਹਾਂਜੀ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਕਿੱਥੇ ਸਥਿਤ ਆ?
ਇਹ ਰੋਪੜ ਦੇ ਵਿੱਚ ਸਥਿਤ ਆ, ਜਿਹਨੂੰ ਅਸੀਂ ਰੂਪਨਗਰ ਵੀ ਬੋਲ ਦਿੰਦੇ ਹਾਂ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ ਥਰਮਲ ਪਾਵਰ ਪਲਾਂਟ ਆ ਜਿਹੜਾ, ਇਸ ਪੰਜਾਬ ਦਾ ਸਭ ਤੋਂ ਵੱਡਾ ਜਲ ਬਿਜਲੀ ਪੈਦਾ ਕਰਨ ਵਾਲਾ ਸਰੋਤ ਆ, ਇਸ ਕਰਕੇ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਰੋਪੜ ਦੇ ਵਿੱਚ ਆ। ਅਤੇ ਰੋਪੜ ਥਰਮਲ ਪਲਾਂਟ ਕਿੰਨੇ ਏਕੜ ਵਿੱਚ ਫੈਲਿਆ ਹੋਇਆ ਹੈ? ਹਾਂਜੀ, ਜਿਹੜਾ ਇਹ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਹੈ, ਇਹ ਕਿੰਨੇ ਏਕੜ ਦੇ ਵਿੱਚ ਫੈਲਿਆ ਹੋਇਆ? ਹਾਂਜੀ, ਜਿਹੜਾ ਰੋਪੜ ਥਰਮਲ ਪਾਵਰ ਪਲਾਂਟ ਹੈ ਇਹ 2500 ਏਕੜ ਦੇ ਵਿੱਚ ਫੈਲਿਆ ਹੋਇਆ। ਆਪਸ਼ਨ ਈ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਰੋਪੜ ਥਰਮਲ ਪਲਾਂਟ ਪੰਜਾਬ ਦੀ ਕਿੰਨੇ ਪ੍ਰਤੀਸ਼ਤ ਬਿਜਲੀ ਪੈਦਾ ਕਰਦਾ? ਹਾਂਜੀ, ਰੋਪੜ ਥਰਮਲ ਪਾਵਰ ਪਲਾਂਟ ਹੈ ਜਿਹੜਾ, ਇਹ ਪੰਜਾਬ ਦੀ 27% ਬਿਜਲੀ ਪੈਦਾ ਕਰਦਾ। ਆਪਸ਼ਨ ਨੰਬਰ ਆੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਰੋਪੜ ਥਰਮਲ ਪਾਵਰ ਪਲਾਂਟ ਕਿਹੜੇ ਦਰਿਆ 'ਤੇ ਸਥਿਤ ਹੈ? ਹਾਂਜੀ, ਰੋਪੜ ਥਰਮਲ ਪਾਵਰ ਪਲਾਂਟ ਇਹ ਸਤਲੁਜ ਦਰਿਆ 'ਤੇ ਸਥਿਤ ਆ। ਆਪਸ਼ਨ ਨੰਬਰ ਸੱਸਾ ਇੱਥੇ ਰਾਈਟ ਆਨਸਰ ਹੈ, ਸਤਲੁਜ। ਨੈਕਸਟ ਹੈ ਜੀ, ਪੰਜਾਬ ਵਿੱਚ ਸਭ ਤੋਂ ਵੱਡਾ ਜਲ ਬਿਜਲੀ ਪੈਦਾ ਕਰਨ ਵਾਲਾ ਸਰੋਤ ਕਿਹੜਾ ਹੈ? ਹਾਂਜੀ, ਪੰਜਾਬ ਵਿੱਚ ਸਭ ਤੋਂ ਵੱਡਾ ਜਲ ਬਿਜਲੀ ਪੈਦਾ ਕਰਨ ਵਾਲਾ ਸਰੋਤ ਆ ਰੋਪੜ ਥਰਮਲ ਪਲਾਂਟ। ਆਪਸ਼ਨ ਨੰਬਰ ਆੜਾ ਇੱਥੇ ਰਾਈਟ ਆਨਸਰ ਹੈ। ਇੱਥੇ ਜ਼ਿਆਦਾਤਰ ਸਟੂਡੈਂਟ ਨਾ ਭਾਖੜਾ ਡੈਮ ਸੋਚਣਗੇ। ਦੇਖੋ, ਜੋ ਭਾਖੜਾ ਡੈਮ ਆ ਇਹ ਆਪਣੇ ਪੰਜਾਬ ਵਿੱਚ ਨਹੀਂ ਗਾ, ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ। ਅਤੇ ਉਹਨਾਂ ਨੇ ਇੱਥੇ ਕੀ ਪੁੱਛਿਆ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਜਲ ਬਿਜਲੀ ਪੈਦਾ ਕਰਨ ਵਾਲਾ ਸਰੋਤ ਕਿਹੜਾ? ਇਹ ਰੋਪੜ ਥਰਮਲ ਪਲਾਂਟ ਹੈ ਜਿਹੜਾ ਕਿ ਨੰਗਲ ਦੇ ਵਿੱਚ ਪੈਂਦਾ ਵਾ। ਠੀਕ ਹੈ, ਨੈਕਸਟ ਹੈ, ਗੁਰੂ ਹਰਗੋਬਿੰਦ ਥਰਮਲ ਪਲਾਂਟ ਕਿੱਥੇ ਸਥਿਤ ਹੈ? ਹਾਂਜੀ, ਗੁਰੂ ਹਰਗੋਬਿੰਦ ਥਰਮਲ ਪਲਾਂਟ, ਤੁਸੀਂ ਤੁਹਾਨੂੰ ਮੈਂ ਬਠਿੰਡਾ ਬਾਰੇ ਦੱਸਿਆ ਪਹਿਲਾਂ, ਤਾਂ ਬਠਿੰਡਾ ਦੇ ਵਿੱਚ ਲਹਿਰਾ ਮੁਹੱਬਤ ਦੇ ਵਿੱਚ ਸਥਿਤ ਆ ਗੁਰੂ ਹਰਗੋਬਿੰਦ ਥਰਮਲ ਪਲਾਂਟ। ਆਪਸ਼ਨ ਨੰਬਰ ਰਾਈਟ ਆਨਸਰ ਹੈ ਜੀ, ਇੱਥੇ ਬਠਿੰਡਾ ਆਪਸ਼ਨ ਸੀ। ਨੈਕਸਟ ਕੁਐਸਚਨ ਕਰਦੇ ਹਾਂ, ਗੋਇੰਦਵਾਲ ਸਾਹਿਬ ਪਾਵਰ ਪਲਾਂਟ ਕਿੱਥੇ ਸਥਿਤ ਹੈ? ਹਾਂਜੀ, ਗੋਇੰਦਵਾਲ ਸਾਹਿਬ ਪਾਵਰ ਪਲਾਂਟ ਹੈ ਜਿਹੜਾ, ਇਹ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਆ। ਅਤੇ ਗੋਇੰਦਵਾਲ ਸਾਹਿਬ ਕਿਹਨੇ ਵਸਾਇਆ ਸੀਗਾ? ਗੁਰੂ ਅਮਰਦਾਸ ਜੀ ਨੇ ਵਸਾਇਆ ਸੀ। ਅਤੇ ਗੋਇੰਦਵਾਲ ਸਾਹਿਬ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਵਾ? ਤਰਨ ਤਾਰਨ ਦੇ ਵਿੱਚ ਪੈਂਦਾ। ਦੇਖੋ, ਤਰਨ ਤਾਰਨ ਦੀ ਸਥਾਪਨਾ ਕੀਤੀ ਸੀਗੀ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ। ਠੀਕ ਹੈ, ਅਤੇ ਗੋਇੰਦਵਾਲ ਦੀ ਸਥਾਪਨਾ ਕੀਤੀ ਸੀਗੀ ਸਾਡੇ ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਨੇ। ਸੋ ਤੁਸੀਂ ਹੁਣ ਧਿਆਨ ਦੇ ਵਿੱਚ ਰੱਖਣਾ, ਜੋ ਗੋਇੰਦਵਾਲ ਆ ਇਹ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਪੈਂਦਾ ਵਾ। ਅਤੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਬਾਰੇ ਜੇਕਰ ਐਮ ਸੀ ਕਿਊ ਆਉਂਦਾ ਵਾ, ਜ਼ਿਆਦਾਤਰ ਮੋਸਟਲੀ ਬਹੁਤ ਚਾਂਸ ਹੁੰਦੇ ਕਿ ਇਹ ਐਮ ਸੀ ਕਿਊ ਐਗਜ਼ਾਮ ਦੇ ਵਿੱਚ ਆਉਂਦਾ। ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਗੋਇੰਦਵਾਲ ਵਿੱਚ ਬਾਉਲੀ ਦਾ ਨਿਰਮਾਣ ਕਿਹਨੇ ਕਰਵਾਇਆ ਸੀ? ਇਹ ਵੀ ਗੁਰੂ ਅਮਰਦਾਸ ਜੀ ਨੇ ਕਰਵਾਇਆ ਸੀਗਾ। ਠੀਕ ਹੈ, ਅਤੇ ਗੋਇੰਦਵਾਲ ਸਾਹਿਬ ਪਾਵਰ ਪਲਾਂਟ ਹੈ ਜਿਹੜਾ, ਇਹ ਤਰਨ ਤਾਰਨ ਦੇ ਵਿੱਚ ਆ। ਨੈਕਸਟ ਹੈ, ਅੱਗੇ ਅਸੀਂ ਹਾਈਡਲ ਪਾਵਰ ਪ੍ਰੋਜੈਕਟ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮ ਸੀ ਕਿਊ ਕਵਰ ਕਰਾਂਗੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ, ਅਸੀਂ ਥਰਮਲ ਪਾਵਰ ਪਲਾਂਟ ਨਾਲ ਕਵਰ ਕੀਤੇ ਆ, ਜਿੰਨੇ ਵੀ ਥਰਮਲ ਪਲਾਂਟ ਹੈਗੇ ਆ ਪੰਜਾਬ ਦੇ ਵਿੱਚ ਉਹ ਮੈਂ ਤੁਹਾਨੂੰ ਕਰਵਾ ਦਿੱਤੇ। ਹੁਣ ਹਾਈਡਲ ਪਾਵਰ ਪ੍ਰੋਜੈਕਟ ਦੀ ਗੱਲ ਕਰਾਂਗੇ। ਹਾਈਡਲ ਪਾਵਰ ਪ੍ਰੋਜੈਕਟ ਆ ਜਿਹੜਾ, ਇਹਦੇ ਬਾਰੇ ਦੇਖਦੇ ਹਾਂ ਅਸੀਂ ਪਹਿਲਾਂ। ਸਾਗਰ ਡੈਮ ਤੁਸੀਂ ਸੁਣਿਆ ਹੋਣਾ, ਬਹੁਤ ਜ਼ਿਆਦਾ ਫੇਮਸ ਡੈਮ ਆ ਇਹ, ਜਿਹੜਾ ਰਾਵੀ ਨਦੀ ਦੇ ਕੰਢੇ 'ਤੇ ਬਣਿਆ ਹੋਇਆ ਵਾ। ਠੀਕ ਹੈ, ਕਿੱਥੇ ਬਣਿਆ ਹੋਇਆ ਵਾ, ਚਲੋ ਉਹਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ, ਪਹਿਲਾਂ ਆਪਾਂ ਪੜ੍ਹਦੇ ਹਾਂ। ਰਣਜੀਤ ਸਾਗਰ ਡੈਮ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ, ਜਿਹਨੂੰ ਅਸੀਂ ਬੋਲਦੇ ਹਾਂ ਥੀਨ ਡੈਮ, ਇਹ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ ਹੈ? ਹਾਂਜੀ, ਦੇਖੋ, ਰਣਜੀਤ ਸਾਗਰ ਡੈਮ ਹਾਈਡਰੋ ਇਲੈਕਟ੍ਰੀਕਲ ਪ੍ਰੋਜੈਕਟ ਆ,
ਜਿਹੜਾ ਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ। ਤੁਹਾਨੂੰ ਮੈਂ ਬੋਲਿਆ ਨਾ ਕਿ ਰਾਵੀ ਨਦੀ 'ਤੇ ਪੈਂਦਾ, ਰਾਵੀ ਨਦੀ 'ਤੇ ਬਣਿਆ ਹੋਇਆ, ਤਾਂ ਆਪਸ਼ਨ ਨੰਬਰ ਇੱਥੇ ਏ ਰਾਈਟ ਆਨਸਰ ਹੈ, ਪਠਾਨਕੋਟ। ਠੀਕ ਹੈ, ਪਠਾਨਕੋਟ ਦੇ ਵਿੱਚ ਇਹ ਪਿੰਡ ਥੀਨ ਸਾਹਪੁਰ ਕੰਢੀ ਪਠਾਨਕੋਟ ਨੇੜੇ ਰਾਵੀ ਨਦੀ ਦਰਿਆ 'ਤੇ ਸਥਿਤ ਆ। ਠੀਕ ਹੈ, ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਹਾਂਜੀ, ਨੈਕਸਟ ਕੁਐਸਚਨ ਆ, ਥੀਨ ਡੈਮ ਦਾ ਉਪਨਾਮ ਕੀ ਹੈ? ਹਾਂਜੀ, ਥੀਨ ਡੈਮ ਦਾ ਉਪਨਾਮ ਆ ਰਣਜੀਤ ਸਾਗਰ ਡੈਮ। ਆਪਸ਼ਨ ਨੰਬਰ ਆੜਾ ਇਜ਼ ਦਾ ਰਾਈਟ ਆਨਸਰ। ਇਸ ਤੋਂ ਇਲਾਵਾ ਭਾਖੜਾ ਡੈਮ ਸਤਲੁਜ 'ਤੇ ਬਣਿਆ ਹੋਇਆ, ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ ਵਾ। ਗੁਰੂ ਨਾਨਕ ਡੈਮ ਦੀ ਜੇਕਰ ਅਸੀਂ ਗੱਲ ਕਰੀਏ, ਇਹ ਬਠਿੰਡਾ ਦੇ ਵਿੱਚ ਬਣਿਆ ਹੋਇਆ। ਠੀਕ ਹੈ, ਅਤੇ ਇਹ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਆ। ਗੁਰੂ ਗੋਬਿੰਦ ਸਿੰਘ ਡੈਮ ਵੀ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਆ। ਪਰ ਬਿਆਸ ਦੀ ਗੱਲ ਕਰੀਏ, ਕਿਉਂਕਿ ਪੰਜਾਬ ਦੇ ਵਿੱਚੋਂ ਤਿੰਨ ਦਰਿਆ ਲੰਘਦੇ ਆ, ਸਤਲੁਜ, ਰਾਵੀ ਅਤੇ ਬਿਆਸ। ਸਤਲੁਜ ਅਤੇ ਰਾਵੀ ਦੀ ਗੱਲ ਤਾਂ ਅਸੀਂ ਕਰ ਲਈ ਆ, ਅਤੇ ਬਿਆਸ ਦੀ ਗੱਲ ਕਰੀਏ, ਬਿਆਸ 'ਤੇ ਬਣਿਆ ਹੋਇਆ ਧੂਸੀ ਬੰਨ ਡੈਮ, ਪੰਡੋਰ ਡੈਮ, ਪੌਂਗ ਡੈਮ। ਠੀਕ ਹੈ, ਨੈਕਸਟ ਕੁਐਸਚਨ ਆ, ਰਣਜੀਤ ਸਾਗਰ ਡੈਮ ਕਦੋਂ ਬਣ ਕੇ ਤਿਆਰ ਹੋਇਆ? ਹਾਂਜੀ, ਰਣਜੀਤ ਸਾਗਰ ਡੈਮ ਆ ਜਿਹੜਾ, ਇਹ ਬਣ ਕੇ ਤਿਆਰ ਹੋਇਆ ਸੀ ਜੀ 2001 ਦੇ ਵਿੱਚ। ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ। 2001 ਦੇ ਵਿੱਚ ਰਣਜੀਤ ਸਾਗਰ ਡੈਮ ਬਣ ਕੇ ਤਿਆਰ ਹੋਇਆ ਸੀ। ਨੈਕਸਟ, ਥੀਨ ਡੈਮ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ? ਹਾਂਜੀ, ਥੀਨ ਡੈਮ ਆ ਜੋ, ਉਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ ਵਾ? ਥੀਨ ਡੈਮ ਪੰਜਾਬ ਦੇ ਪਠਾਨਕੋਟ ਦੇ ਵਿੱਚ ਪੈਂਦਾ। ਆਪਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਆ, ਵੈਰੀ ਵੈਰੀ ਇੰਪੋਰਟੈਂਟ, UVDC ਪਾਵਰ ਇਹ ਅੱਪਰਵਾਰੀ ਦੁਆਬ ਨਹਿਰ 'ਤੇ ਨੇੜੇ ਸਥਿਤ ਆ। ਇਹ ਰਾਵੀ ਤੋਂ ਪਾਣੀ ਖਿੱਚਦਾ ਵਾ, ਅਤੇ ਕਿੱਥੇ ਸਥਿਤ ਬਣਿਆ ਹੋਇਆ ਜਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਵਾ? ਹਾਂਜੀ, UVDC ਪਾਵਰ ਇਹ ਅੱਪਰਵਾਰੀ ਦੁਆਬ ਨਹਿਰ 'ਤੇ ਬਣਿਆ ਹੋਇਆ ਅਤੇ ਪਠਾਨਕੋਟ ਦੇ ਨੇੜੇ ਸਥਿਤ ਆ। ਇਹ ਰਾਵੀ ਤੋਂ ਪਾਣੀ ਲੈਂਦਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ, ਪਠਾਨਕੋਟ। ਨੈਕਸਟ ਕੁਐਸਚਨ ਆ, ਮੁਕੇਰੀਆ ਹਾਈਡਲ ਪ੍ਰੋਜੈਕਟ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ? ਮੁਕੇਰੀਆ ਹਾਈਡਲ ਪ੍ਰੋਜੈਕਟ, ਦੇਖੋ ਇਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿਤ ਆ, ਜੋ ਕਿ ਤਲਵਾੜਾ ਨੇੜੇ ਬਿਆਸ ਦਰਿਆ 'ਤੇ ਪੌਂਗ ਡੈਮ ਦੇ ਹੇਠਾਂ ਬਣੇ ਸ਼ਾਹ ਨਹਿਰ ਵੈਰਾਜ ਤੋਂ ਨਿਕਲਣ ਵਾਲੇ ਮੁਕੇਰੀਆ ਹਾਈਡਲ ਚੈਨਲ 'ਤੇ ਬਣਾਇਆ ਗਿਆ। ਤਾਂ ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ ਜੀ, ਹੁਸ਼ਿਆਰਪੁਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਸ਼ਾਨਨ ਪਾਵਰ ਹਾਊਸ, ਯੋਗਿੰਦਰ ਨਗਰ ਵੀ ਬੋਲ ਦਿੰਦੇ ਹਾਂ ਜਿਹਨੂੰ, ਸ਼ਨਾਨ ਬੋਲਣਾ ਸੀਗਾ, ਮੈਂ ਸ਼ਾਨਨ ਬੋਲਤਾ, ਉਹ ਤਾਂ ਆਪਾਂ ਕਰ ਗਏ ਹਾਂ, ਪਠਾਨਕੋਟ 'ਚ ਪੈਂਦਾ ਵਾ। ਸ਼ਨਾਨ ਪਾਵਰ ਹਾਊਸ ਇਹ ਬਿਆਸ ਦਰਿਆ ਦੀ ਸਹਾਇਕ ਨਦੀ 'ਤੇ ਯੋਗਿੰਦਰ ਨਗਰ ਮੰਡੀ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਆ। ਠੀਕ ਹੈ, ਸ਼ਨਾਨ ਪਾਵਰ ਹਾਊਸ ਕਿੱਥੇ ਸਥਿਤ ਆ? ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਇਹ। ਠੀਕ ਹੈ, ਬਿਆਸ ਦਰਿਆ ਦੀ ਸਹਾਇਕ ਨਦੀ ਤੋਂ ਇਹ ਪਾਣੀ ਲੈਂਦਾ ਵਾ। ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਆ, ਗੰਗੂਵਾਲ ਹਾਈਡਲ ਪ੍ਰੋਜੈਕਟ ਇਹ ਸਤਲੁਜ ਦਰਿਆ 'ਤੇ ਸਥਿਤ ਆ ਅਤੇ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ ਹੈ? ਹਾਂਜੀ, ਗੰਗੂਵਾਲ, ਦੇਖੋ ਗੰਗੂਵਾਲ ਹਾਈਡਲ ਪ੍ਰੋਜੈਕਟ ਹੈ ਨਾ ਜਿਹੜਾ, ਇਹ ਅਨੰਦਪੁਰ ਸਾਹਿਬ ਦੇ ਵਿੱਚ ਪੈਂਦਾ ਵਾ। ਅਤੇ ਅਨੰਦਪੁਰ ਸਾਹਿਬ ਕਿਹੜੇ ਜ਼ਿਲ੍ਹੇ 'ਚ ਆ? ਰੂਪਨਗਰ ਦੇ ਵਿੱਚ। ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ, ਰੋਪੜ ਜਿਹਨੂੰ ਅਸੀਂ ਬੋਲ ਦਿੰਦੇ ਹਾਂ। ਵੈਰੀ ਵੈਰੀ ਇੰਪੋਰਟੈਂਟ, ਨੈਕਸਟ ਉਹਦੇ ਨਾਲ ਲਿੰਕ ਹੋ ਕੇ ਆ, ਗੰਗੂਵਾਲ ਹਾਈਡਲ ਪ੍ਰੋਜੈਕਟ। ਦੇਖੋ ਇੱਕ ਗੰਗੂਵਾਲ ਹਾਈਡਲ ਪ੍ਰੋਜੈਕਟ ਆ, ਅਤੇ ਇੱਕ ਹੈਗਾ ਵਾ ਨਕਈਆ ਦੇ ਪਾਵਰ ਹਾਊਸ। ਠੀਕ ਹੈ, ਨਕੀਆ ਬੋਲ ਦਿੰਦੇ ਆ, ਕੋਈ ਨਕਈਆ ਬੋਲ ਦਿੰਦੇ ਆ, ਨਕੀਆ ਦਾ ਹਾਈਡਲ ਪ੍ਰੋਜੈਕਟ ਆ। ਇਹ ਦੋਵੇਂ ਮਿਲ ਕੇ ਅਨੰਦਪੁਰ ਹਾਈਡਲ ਸਾਹਿਬ ਹਾਈਡਲ ਪ੍ਰੋਜੈਕਟ ਬਣਾਉਂਦੇ ਆ।
ਹੁਣ ਦੇਖੋ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਇਹ ਸਤਲੁਜ ਦਰਿਆ ਤੇ ਸਥਿਤ ਆ ਤੇ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ? ਅਨੰਦਪੁਰ ਦੀ ਗੱਲ ਹੋਈ ਹੈ ਤਾਂ ਰੂਪਨਗਰ ਦੇ ਵਿੱਚ, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਗੰਗੂਬਾਲ ਹਾਈਡਲ ਪ੍ਰੋਜੈਕਟ ਨੂੰ ਵੀ ਬੋਲ ਦਿੰਦੇ ਆ ਕਿਉਂਕਿ ਉਹਨਾਂ ਦੋਨਾਂ ਤੋਂ ਮਿਲ ਕੇ ਬਣਿਆ ਵਾ। ਇਸ ਦੀ ਪਾਵਰ ਸਮਰੱਥਾ ਨੂੰ ਗੰਗੂਬਾਲ ਪਾਵਰ ਹਾਊਸ ਨਗਲ ਤਲਾਬ ਤੋਂ ਨਕੀਆਂ ਦੇ ਪਾਵਰ ਹਾਊਸ ਤੱਕ ਅਨੰਦਪੁਰ ਸਾਹਿਬ ਹਾਈਡਲ ਚੈਨਲ ਦੇ ਨਾਲ ਦੋ ਟੈਪ ਬਣਾ ਕੇ ਜੋੜਿਆ ਗਿਆ ਵਾ, ਠੀਕ ਹੈ। ਅਤੇ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਹੈ ਜਿਹੜਾ ਇਹ ਰੋਪੜ ਵਾਲੇ ਪਾਸੇ ਭਾਖੜਾ ਨੰਗਲ ਡੈਮ ਤੋਂ 32 ਕਿਲੋਮੀਟਰ ਦੂਰ ਹੇਠਾਂ ਵਾ। ਕਲੀਅਰ ਹੋਇਆ? ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।